ਸੱਤ ਸ਼ਰੀਆ ਕਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਬੈਕ ਰੂਮ ਆਓ ਕਹਾਣੀ ਸ਼ੁਰੂ ਕਰਦੇ ਹਾਂ ਜਦੋਂ ਤੋਂ ਤਿੰਨ ਪੰਜਾਬੀ ਮੁੰਡੇ ਜਿਹੜੇ ਕਿ ਇਸ ਦੇਸ਼ ਵਿੱਚ ਇਲੀਗਲ ਇਮੀਗਰੈਂਟਸ ਹਨ ਉਹਨਾਂ ਦੇ ਗਾਰਡਨ ਵਿੱਚ ਬਣੇ ਹੋਏ ਪਿਛਲੇ ਰੂਮ ਵਿੱਚ ਕਿਰਾਏਦਾਰਾਂ ਵਜੋਂ ਰਹਿਣ ਲੱਗੇ ਸਨ ਘਰ ਵਿੱਚ ਇੱਕ ਅਜੀਬ ਕਿਸਮ ਦੀ ਚਹਲ ਪਹਲ ਤੇ ਰੌਣਕ ਲੱਗ ਗਈ ਸੀ ਹਾਲਾਂਕਿ ਇਹਨਾਂ ਮੁੰਡਿਆਂ ਦਾ ਘਰ ਦੇ ਮੇਨ ਏਰੀਏ ਵਿੱਚ ਆਉਣਾ ਕੋਈ ਕੰਮ ਨਹੀਂ ਸੀ ਕਿਉਂਕਿ ਬੈਗ ਗਾਰਡਨ ਅਮਰੀਕਾ ਤੇ ਕੈਨੇਡਾ ਵਿੱਚ ਘਰ ਦੇ ਬੈਕ ਗਾਰਡਨ ਨੂੰ ਬੈਕਯਾਰਡ ਕਿਹਾ ਜਾਂਦਾ ਹੈ ਨੂੰ ਜਾਣ ਵਾਸਤੇ ਇੱਕ ਵੱਖਰਾ ਗੇੜ ਤੇ ਵੱਖਰੀ ਐਲੀ ਸੀ ਘਰ ਦੇ ਮਾਲਕ ਇਕਤਿਆਰ ਸਿੰਘ ਨੂੰ ਇਸ ਗੱਲ ਦਾ ਫਿਕਰ ਜ਼ਰੂਰ ਸੀ ਕਿ ਪਿਛਲੇ ਰੂਮ ਵਿੱਚ ਸ਼ਾਵਰ ਦੀਆਂ ਸਹੂਲਤਾਂਾ ਨਾ ਹੋਣ ਕਾਰਨ ਕਦੇ-ਕਦੇ ਇਹਨਾਂ ਮੁੰਡਿਆਂ ਨੂੰ ਮੇਨ ਘਰ ਵਿੱਚ ਆਉਣਾ ਪੈਂਦਾ ਸੀ ਪਰ ਇਸ ਗੱਲ ਵਾਸਤੇ ਉਸਨੇ ਇਹਨਾਂ ਨੂੰ ਹਦਾਇਤ ਦੇ ਰੱਖੀ ਸੀ ਕਿ ਉਹ ਉਦੋਂ ਹੀ ਸ਼ਾਵਰ ਲੈਣ ਲਈ ਆਉਣ ਜਦੋਂ ਉਹ ਖੁਦ ਘਰ ਵਿੱਚ ਹਾਜ਼ਰ ਹੋਵੇ ਉਹ ਨਹੀਂ ਸੀ ਚਾਹੁੰਦਾ ਕਿ ਉਸ ਦੀ ਗੈਰ ਹਾਜ਼ਰੀ ਵਿੱਚ ਉਸ ਦੀ ਜਵਾਨ بیوی ਨਾਲ ਕੋਈ ਉਪਰਾ ਬੰਦਾ ਕਿਸੇ ਕਿਸਮ ਦੀ ਵੀ ਵਾਰਤਾਲਾਪ ਕਰੇ ਇਖਤਿਆਰ ਸਿੰਘ ਤੋਂ ਉਲਟ ਉਸ ਦੀ بیوی ਪਾਲਾ ਬੇहद ਖੁਸ਼ ਸੀ ਸ਼ੱਕੀ ਸਭਾ ਹੋਣ ਕਾਰਨ ਉਹ ਪਾਲਾ ਨੂੰ ਸਾਹਮਣੇ ਰੱਖਦਾ ਸੀ ਇਥੋਂ ਤੀਕ ਕਿ ਉਸਨੇ ਉਸ ਨੂੰ ਇਸ ਦੇਸ਼ ਵਿੱਚ ਕੰਮ ਵੀ ਨਹੀਂ ਸੀ ਕਰਨ ਦਿੱਤਾ ਪਾਲਾ ਸੋਚਦੀ ਸੀ ਕਿ ਜੇਕਰ ਕਿੱਦਰ ਉਹ ਕੰਮ ਕਰਦੀ ਹੁੰਦੀ ਤਾਂ ਕਮ ਸੋ ਕੰਮ ਕਿਸੇ ਨਾਲ ਗੱਲਬਾਤ ਹੀ ਕਰ ਸਕਦੀ ਉਂਝ ਵੀ ਉਹਨਾਂ ਦੀ ਮਾਇਕ ਹਾਲਤ ਇੰਨੀ ਚੰਗੀ ਨਹੀਂ ਸੀ ਕਿ ਇੱਕੋ ਬੰਦੇ ਦੇ ਕੰਮ ਕਰਨ ਨਾਲ ਗੁਜ਼ਾਰਾ ਹੋ ਸਕਦਾ ਇਸੇ ਲਈ ਤਾਂ ਇਕਤਿਆਰ ਸਿੰਘ ਓਵਰਟਾਈਮ ਨਹੀਂ ਸੀ ਛੱਡਦਾ ਪਰ ਓਵਰਟਾਈਮ ਲਾਉਣ ਦੀ وجہ ਇੱਕ ਹੋਰ ਵੀ ਸੀ ਉਹ ਇਹ ਸੀ ਕਿ ਦਰਅਸਲ ਪਾਲਾ ਅਖਤਿਆਰ ਸਿੰਘ ਦੀ ਦੂਜੀ بیوی ਸੀ ਪਹਿਲੀ ਤੀਵੀ ਨਾਲੋਂ ਉਸ ਦਾ ਤਲਾਕ ਹੋ ਗਿਆ ਸੀ ਕਹਿੰਦੇ ਨੇ ਕਿ ਉਸ ਦੇ ਕਿਸੇ ਹੋਰ ਬੰਦੇ ਨਾਲ ਕੰਮ ਦੀ ਥਾਂ ਤੇ ਸਰੀਰਕ ਸੰਬੰਧ ਹੋ ਗਏ ਸਨ ਦੋ ਬੱਚੇ ਵੀ ਸਨ ਵੀਕ ਦੇ 50 ਪਾਉਂਡ ਤਾਂ ਉਹਨਾਂ ਦੇ ਹੀ ਕੱਟੇ ਜਾਂਦੇ ਸਨ ਕਿਉਂਕਿ ਇਹ ਕੋਰਟ ਦਾ ਆਰਡਰ ਸੀ ਕਿ ਬੱਚਿਆਂ ਦਾ ਖਰਚਾ ਵੀ ਅਖਤਿਆਰ ਸਿੰਘ ਹੀ ਦੇਵੇ ਕੈਰਤ ਲਾਕ ਪਿੱਛੋਂ ਇਕਤਿਆਰ ਸਿੰਘ ਇੰਡੀਆ ਆ ਗਿਆ ਤੇ ਉਮਰੋਂ ਅੱਧੀ ਤੇ ਪੜ੍ਹੀ ਲਿਖੀ ਪਾਲਾ ਨੂੰ ਵਿਆਹ ਲਿਆਇਆ 10 ਕੋ ਸਾਲ ਪਹਿਲਾਂ ਇੰਗਲੈਂਡ ਵਿੱਚ ਆਈ ਪਾਲਾ ਦੇ ਉੱਪਰੋਂ ਥੱਲੇ ਦੋ ਬੱਚੇ ਪੈਦਾ ਹੋ ਗਏ ਇੱਕ ਮੁੰਡਾ ਤੇ ਇੱਕ ਕੁੜੀ ਜਦੋਂ ਤੋਂ ਬਾਹਰਲੇ ਖਾਸ ਕਰਕੇ ਏਸ਼ੀਅਨ ਅਤੇ ਈਸਟਰਨ ਯੂਰੋਪੀਅਨ ਦੇਸ਼ਾਂ ਤੋਂ ਇਸ ਦੇਸ਼ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕੀ ਆਉਣੇ ਸ਼ੁਰੂ ਹੋਏ ਸਾਨਾ ਲੰਡਨ ਵਿੱਚ ਰਹਾਇਸ਼ੀ ਮਕਾਨਾਂ ਅਤੇ ਕਮਰਿਆਂ ਦੀ ਗਿਣਤੀ ਘਟ ਗਈ ਸੀ ਜਿਨ੍ਹਾਂ ਕੋਲ ਵਾਧੂ ਰਿਹਾਇਸ਼ੀ ਕਮਰੇ ਸਨ ਉਹਨਾਂ ਦੀ ਚਾਂਦੀ ਬਣਨ ਲੱਗ ਪਈ ਸੀ ਲੋਕਲ ਕਾਉਂਸਲਾਂ ਦੇ ਪਲੈਨਿੰਗ ਵਿਭਾਗ ਕੋਲ ਤੜਾ ਤੜ ਘਰਾਂ ਦੀ ਐਕਸਟੈਂਸ਼ਨ ਕਰਨ ਦੀਆਂ ਅਰਜ਼ੀਆਂ ਆ ਰਹੀਆਂ ਸਨ ਬਹੁਤੀਆਂ ਅਰਜ਼ੀਆਂ ਬੈਕ ਗਾਰਡਨ ਵਿੱਚ ਕਮਰਾ ਬਣਾਉਂਦੀਆਂ ਸਨ ਇਸ ਕਮਰੇ ਨੂੰ ਪਲੇ ਰੂਮ ਕਿਹਾ ਜਾਂਦਾ ਹੈ ਤੇ ਇਸ ਵਿੱਚ ਕਿਸੇ ਨੂੰ ਵੀ ਰਹਿਣ ਦੀ ਆਗਿਆ ਨਹੀਂ ਜੇ ਹੁੰਦੀ ਪਰ ਇੰਡੀਆ ਤੇ ਪਾਕਿਸਤਾਨੀ ਇਹਨਾਂ ਸ਼ਰਤਾਂ ਨੂੰ ਕੀ ਸਮਝਦੇ ਹਨ ਕਹਿ ਦਿੰਦੇ ਹਨ ਕਿ ਜਦੋਂ ਫੜੇ ਜਾਵਾਂਗੇ ਤਾਂ ਦੇਖੀ ਜਾਊਗੀ ਜ਼ਹਰਾ ਤੌਰ ਤੇ ਇਹੋ ਜਿਹੀਆਂ ਐਪਲੀਕੇਸ਼ਨਾਂ ਦੇਣ ਵਾਲਿਆਂ ਵਿੱਚ ਵਧੇਰੇ ਗਿਣਤੀ ਇੰਡੀਆ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਦੀ ਹੀ ਸੀ ਇਲੀਗਲ ਤੌਰ ਤੇ ਆਉਂਦੇ ਲੋਕਾਂ ਵਿੱਚ ਵਧੇਰੇ ਗਿਣਤੀ ਵਿੱਚ ਪੰਜਾਬੀ ਨੌਜਵਾਨ ਸਨ ਪਿਛਲੇ ਕਮਰਿਆਂ ਨੂੰ ਰਹਿਸ਼ੀ ਬਣਾਉਣ ਲਈ ਕਈਆਂ ਘਰਾਂ ਵਾਲਿਆਂ ਨੇ ਟਾਇਲਟ ਕਿਚਨ ਅਤੇ ਸ਼ਾਵਰ ਯੂਨਿਟ ਵੀ ਲਵਾ ਲਏ ਸਨ ਉਹ ਇਹ ਉਦੋਂ ਲਗਵਾਉਂਦੇ ਜਦੋਂ ਕਾਉਂਸਲ ਦੇ ਪਲੈਨਿੰਗ ਅਫਸਰ ਬਿਲਡਿੰਗ ਕੰਪਲੀਕਸ਼ਨ ਦਾ ਸਰਟੀਫਿਕੇਟ ਦੇ ਕੇ ਚਲੇ ਜਾਂਦੇ ਲੋਕਾਂ ਨੂੰ ਇਹ ਸਲਾਹਾਂ ਆਮ ਤੌਰ ਤੇ ਆਪਣੇ ਹੀ ਲੋਕੀ ਇੱਕ ਦੂਸਰੇ ਨੂੰ ਦਿੰਦੇ ਤੇ ਇੰਜ ਕਾਨੂੰਨ ਦੀਆਂ ਤਜੀਆਂ ਅਡਾਉਂਦੇ ਕਿਉਂਕਿ ਪਾਲਾ ਹੋਰਾ ਦਾ ਗਾਰਡਨ ਇੰਨਾ ਚੌੜਾ ਨਹੀਂ ਸੀ ਇਸ ਲਈ ਉਹ ਇਸ ਬੈਕ ਰੂਮ ਵਿੱਚ ਸ਼ਾਵਰ ਯੂਨਿਟ ਨਹੀਂ ਸਨ ਫਿੱਟ ਕਰਵਾ ਸਕੇ ਇਸੇ ਲਈ ਤਾਂ ਇਹਨਾਂ ਤਿੰਨਾਂ ਹੀ ਮੁੰਡਿਆਂ ਨੂੰ ਸ਼ਾਵਰ ਲੈਣ ਲਈ ਮੇਨ ਘਰ ਵਿੱਚ ਆਉਣਾ ਪੈਂਦਾ ਸੀ ਇਕਤਿਆਰ ਸਿੰਘ ਨੂੰ ਕਿਰਾਏ ਦੇ 120 ਪਾਉਂਡ ਪ੍ਰਤੀ ਵੀਕ ਦੇ ਆਉਂਦੇ ਨਸ਼ਾ ਚੜੀ ਰੱਖਦੇ ਅਤੇ ਉਹ ਹੋਰ ਗੱਲਾਂ ਨੂੰ ਵਿਸਾਰ ਛੱਡਦਾ ਮਾਇਆ ਦਾ ਜਾਦੂ ਹੀ ਕੁਝ ਐਸਾ ਹੁੰਦਾ ਹੈ ਪਿਛਲੇ ਰੂਮ ਵਿੱਚ ਰਹਿੰਦੇ ਤਿੰਨੋਂ ਨੌਜਵਾਨ ਬੜੀ ਰਗੀਨ ਤਬੀਅਤ ਦੇ ਸਨ ਭਾਵੇਂ ਉਹਨਾਂ ਸਿਰ ਕਰਜੇ ਚੜੇ ਹੋਏ ਸਨ ਸ਼ਾਇਦ ਜ਼ਮੀਨਾ ਵੀ ਗਹਿਣੇ ਰੱਖ ਕੇ ਆਏ ਸਨ ਇੱਥੇ ਵੀ ਉਹਨਾਂ ਨੂੰ ਕਦੇ ਕੰਮ ਮਿਲਦਾ ਤੇ ਕਦੇ ਨਹੀਂ ਸੀ ਮਿਲਦਾ ਤੇ ਇੱਕ ਕਿਸਮ ਦਾ ਮੱਸੀ ਗੁਜ਼ਾਰਾ ਹੀ ਕਰਦੇ ਸਨ ਪਰ ਉਹ ਹਮੇਸ਼ਾ ਹੱਸਦੇ ਖੇਡਦੇ ਹੀ ਲੱਗਦੇ ਕੰਮੋਂ ਆ ਕੇ ਰਿਆਲ ਮਿਲ ਕੇ ਸਬਜ਼ੀਆਂ ਤੇ ਮੀਟ ਬਣਾਉਣੇ ਗਾਣੇ ਸੁਣਦੇ ਤੇ ਨਸ਼ੇ ਦੀ ਲੋਰ ਵਿੱਚ ਕਦੇ-ਕਦੇ ਗਾਣਿਆਂ ਦੇ ਨਾਲ ਨਾਲ ਗਾਉਂਦੇ ਵੀ ਤੇ ਭੰਗੜੇ ਵੀ ਪਾਉਂਦੇ ਵੀਕਐਂਡ ਉੱਤੇ ਵਧੀਆ ਕੱਪੜੇ ਪਾ ਕੇ ਤੇ ਸ਼ੁਕੀਨ ਬਣ ਕੇ ਫਿਲਮਾਂ ਦੇਖਣ ਜਾਂਦੇ ਉਹਨਾਂ ਨੂੰ ਹੱਸਦਿਆਂ ਖੇਡਦਿਆਂ ਵੇਖ ਕੇ ਪਾਲਾ ਦਾ ਦਿਲ ਮਚਲਦਾ ਤੇ ਉਹਦਾ ਜੀ ਕਰਦਾ ਕੀ ਉਹ ਕਿਸੇ ਨਾ ਕਿਸੇ ਬਹਾਨੇ ਉਹਨਾਂ ਵਿੱਚ ਸ਼ਾਮਲ ਹੋ ਜਾਵੇ ਪਰ ਉਹ ਇੰਝ ਨਾ ਕਰ ਸਕਦੀ ਪਰ ਫਿਰ ਵੀ ਉਹ ਬੱਚਿਆਂ ਕੋਲ ਕਦੇ-ਕਦੇ ਸਬਜ਼ੀ ਜਾਂ ਮੀਟ ਦੀਆਂ ਕੌਲੀਆਂ ਪੇਜ ਦਿੰਦੀ। ਜਿਸ ਦਿਨ ਸਾਗ ਬਣਾਇਆ ਹੋਇਆ ਹੁੰਦਾ ਤਾਂ ਮੱਕੀ ਦੀਆਂ ਰੋਟੀਆਂ ਵੀ ਸਪੈਸ਼ਲ ਤੌਰ ਤੇ ਪੇਜਦੀ। ਪਿਛਲੇ ਰੂਮ ਵਿੱਚ ਰਹਿੰਦੇ ਸੱਤੀ ਪਾਲੀ ਤੇ ਕੁਮਾਰ ਸਵੇਰੇ ਹੀ ਘਰੋਂ ਚਲੇ ਜਾਂਦੇ। ਉਹ ਸ਼ਹਿਰ ਦੇ ਇੱਕ ਕਾਰ ਪਾਰਕ ਵਿੱਚ ਹੋਰਨਾ ਇਲੀਗਲ ਇਮੀਗ੍ਰੈਂਟਸ ਨਾਲ ਜਾ ਕੇ ਰਲਦੇ। ਉਹ ਸੋਚਦੇ ਕਿ ਇੰਡੀਆ ਵਿੱਚ ਇੰਜ ਪਈਏ ਦੀ ਹਾੜੀ ਲਾਉਣ ਲਈ ਖੜੋਆ ਕਰਦੇ ਹਨ। ਉਹਨਾਂ ਵਰਗੀ ਹੀ ਇਹਨਾਂ ਦੀ ਵੀ ਤਾਂ ਤਰਾਸਦੀ ਸੀ ਨਾ ਇਹਨਾਂ ਵਿੱਚੋਂ ਇੱਕ ਨੂੰ ਦੋ ਆਨੰਦ ਜਾਂ ਸਾਰਿਆਂ ਨੂੰ ਅਗਰ ਕੋਈ ਘਰ ਦੇ ਗਾਰਡਨ ਦੀ ਸਫਾਈ ਆਦ ਲਈ ਲੈ ਜਾਂਦਾ ਜਾਂ ਕੋਈ ਇੰਡੀਅਨ ਬਿਲਡਰ ਆਪਣੇ ਨਾਲ ਲੈ ਜਾਂਦਾ ਤਾਂ ਬੱਲੇ ਬੱਲੇ ਵਰਨਾ ਵਹਿਲੇ ਬੰਦੇ ਗਲੀਆਂ ਬਾਜ਼ਾਰਾਂ ਵਿੱਚ ਘੁੰਮਦੇ ਰਹਿੰਦੇ ਵਿੰਡੋ ਸ਼ਾਪਿੰਗ ਕਰਦੇ ਰਹਿੰਦੇ ਅਤੇ ਗੋਰੀਆਂ ਪੂਰੀਆਂ ਤੇ ਕਾਲੀਆਂ ਤੀਵੀਆਂ ਨੂੰ ਘੂਰਦੇ ਰਹਿੰਦੇ ਇਹਨਾਂ ਤਿੰਨਾਂ 'ਚੋਂ ਕੋਈ ਅਗਰ ਆਵਾਰਾਗਰਦੀ ਨਾ ਕਰਨਾ ਚਾਹੁੰਦਾ ਤਾਂ ਉਹ ਘਰ ਜਾ ਕੇ ਜਾਂ ਤਾਂ ਸੌਂ ਜਾਂਦਾ ਜਾਂ ਟੇਪ ਲਗਾ ਕੇ ਗਾਣੇ ਸੁੰਦਾ ਰਹਿੰਦਾ। ਵੈਸੇ ਜਿਸਮ ਦੇ ਤਕੜੇ ਹੋਣ ਕਾਰਨ ਉਹ ਅਕਸਰ ਹੀ ਕੰਮੀ ਲੱਗੇ ਰਹਿੰਦੇ। ਬੇਸ਼ੱਕ ਉਹਨਾਂ ਨੂੰ ਕਾਨੂੰਨਨ ਮਿਨੀਮਮ ਵੇਜ ਨਹੀਂ ਸੀ ਦਿੱਤੀ ਜਾਂਦੀ। ਕੰਮ ਦੇਣ ਵਾਲਾ ਕਹਿੰਦਾ ਕਿ ਉਹਨਾਂ ਨੇ ਕਿਹੜਾ ਕੋਈ ਟੈਕਸ ਦੇਣਾ ਹੁੰਦਾ ਹੈ। ਇਹਨਾਂ ਤਿੰਨਾਂ ਵਿੱਚੋਂ ਸੱਤੀ ਹੀ ਵੱਖਰਾ ਸੀ। ਕੰਮ ਤੋਂ ਅਗਰ ਬਹੁਤੀ ਕੁਤਾਹੀ ਕਰਦਾ ਤਾਂ ਇਹ ਸੱਤੀ ਹੀ ਹੁੰਦਾ ਸੀ ਉਹ ਭਾਰਾ ਕੰਮ ਕਰਨ ਤੋਂ ਘਤਰੌਂਦਾ ਸੀ ਉਸ ਨੂੰ ਬਿਲਡਿੰਗ ਵਰਕ ਚੰਗਾ ਨਹੀਂ ਸੀ ਲੱਗਦਾ ਵੈਸੇ ਤਾਂ ਅਕਸਰ ਹੀ ਇਹ ਨੌਜਵਾਨ ਪੰਜਾਬ ਦੇ ਖਾਂਦੇ ਪੀਂਦੇ ਘਰਾਂ ਚੋਂ ਆਏ ਹੁੰਦੇ ਹਨ ਵਰਨਾ ਗਰੀਬਾਂ ਦੇ ਮੁੰਡਿਆਂ ਕੋਲ ਤਾਂ ਸ਼ਹਿਰ ਜਾਣ ਲਈ ਵੀ ਕਿਰਾਇਆ ਨਹੀਂ ਹੁੰਦਾ ਤੇ ਲੰਡਨ ਜੋਗਾ ਕਿੱਥੋਂ ਹੋ ਜਾਵੇਗਾ ਪਰ ਸੱਤੀ ਤਾਂ ਆਪਿਆਂ ਦਾ ਡਾਡਾ ਹੀ लाਡਲਾ ਪੁੱਤ ਜਾਪਦਾ ਸੀ ਇੱਕ ਦਿਨ ਸ਼ਾਵਰਲੈਂਨ ਆਇਆ ਤਾਂ ਪਾਲਾ ਇਕੱਲੀ ਸੀ ਇਸ ਲਈ ਗੱਲੀ ਲੱਗ ਗਿਆ ਦੱਸਦਾ ਸੀ ਕਿ ਉਹ ਮਾਪਿਆਂ ਦਾ ਕਲਾਕਾਰਾ ਪੁੱਤ ਸੀ ਜ਼ਮੀਨ ਬਥੇਰੀ ਸੀ ਆਮਦਨ ਵੀ ਠੀਕ ਹੀ ਸੀ ਪਰ ਇਸ ਚੰਦਰੀ ਵਿਲਾਇਤ ਦੀ ਚਾਹ ਨੇ ਸਾਹ ਨਹੀਂ ਲੈਣ ਦਿੱਤਾ ਦੋ ਵਧੀਆ ਖੇਤ ਗਿਰਵੀ ਰੱਖ ਕੇ ਮਸਕੋ ਹੁੰਦੇ ਫਿਰ ਯੂਰਪ ਦੇ ਫਿਰ ਹੋਰ ਦੇਸ਼ਾਂ ਵਿੱਚੋਂ ਹੁੰਦਾ ਹੋਇਆ ਤੱਕੜੀ ਖੱਜਲ ਖਵਾਰੀ ਪਿੱਛੋਂ ਇੰਗਲੈਂਡ ਪਹੁੰਚਿਆ ਸੀ ਫਿਰ ਉਸਨੇ ਮੱਥੇ ਤੇ ਹੱਥ ਮਾਰ ਕੇ ਕਿਹਾ ਸੀ ਆਂਟੀ ਜੀ ਕਿਸਮਤ ਦੇ ਖੇਲ ਦੇਖ ਲੋ ਉਧਰ ਪਿਹਾਰੀ ਪਈਏ ਰੱਖੇ ਹੋਏ ਨੇ ਤੇ ਇਧਰ ਅਸੀਂ ਇੱਥੇ ਪਈਆਂ ਵਾਲੀ ਜੂਨ ਭੋਗ ਰਹੇ ਹਾਂ ਪੰਨਾ ਆਪਾਂ ਤਾਂ ਕਦੇ ਆਂਟੀ ਜੀ ਘੜੇ ਚੋਂ ਪਾਣੀ ਵੀ ਆਪ ਭਰ ਕੇ ਨਹੀਂ ਸੀ ਪੀਤਾ ਚੋਂ ਪੈਣਾ ਦਾ ਕੱਲਾ ਭਰਾ ਸਾਂ ਬਹੁਤ ਲੁੱਕ ਆਫਟਰ ਕਰਦੀਆਂ ਸਨ ਮਾਂ ਦੀ ਹਤਾਇਤ ਜੂ ਸੀ ਪਾਪਾ ਜੀ ਵੀ ਕਦੇ ਕਿਸੇ ਗੱਲੋਂ ਮੈਨੂੰ ਤੰਗ ਨਹੀਂ ਸਨ ਰੱਖਦੇ ਹੁੰਦੇ ਪੜ ਗਿਲਾ ਮੈਨੂੰ ਪਾਪਾ ਜੀ ਤੇ ਵੀ ਹੈ ਉਹਨਾਂ ਨੇ ਕਿਉਂ ਮੈਨੂੰ ਸਖਤੀ ਨਾਲ ਟਰੈਵਲ ਏਜੰਟਾਂ ਦੇ ਚੁੰਗਲ ਵਿੱਚ ਫਸਣੋਂ ਨਾ ਰੋਕਿਆ ਹੁਣ ਸਮਝ ਆਉਂਦੀ ਹੈ ਕਿ ਬਾਧੂ ਦਾ लाਡ ਕਮ ਚੋੜ ਤੇ ਨਖੱਟੂ ਮੁੰਡਿਆਂ ਨੂੰ ਕਿਵੇਂ ਵਿਗਾੜਦਾ ਹੈ ਪੜ ਲੇਖ ਲੈਂਦੇ ਤਾਂ ਚੰਗਾ ਹੁੰਦਾ ਉੱਥੇ ਹੀ ਕਿਸੇ ਕਾਰੇ ਲੱਗ ਜਾਂਦੇ ਪਰ ਪਾਪਾ ਜੀ ਵੀ ਕੀ ਕਰਦੇ लाਡਲਾ ਜੂਸਾ ਬਾਹਰ ਜਾਣ ਦੇ ਭੂਤ ਨੂੰ ਠੀਕ ਕਰਨ ਲਈ ਉਹਨਾਂ ਨੇ ਬਥੇਰੇ ਜੁਗਾੜ ਕੀਤੇ ਇਹ ਵੀ ਕੋਸ਼ਿਸ਼ ਕੀਤੀ ਕਿ ਕੈਨੇਡਾ ਵਿੱਚ ਕੋਈ ਕੁੜੀ ਹੀ ਮਿਲ ਜਾਂਦੀ ਤਾਂ ਜੋ ਮੇਰਾ ਵਿਆਹ ਹੀ ਕਰ ਦਿੰਦੇ ਪਰ ਮੈਂ ਉਥੇ ਪੱਕਾ ਹੋ ਜਾਂਦਾ ਪਰ ਆਂਟੀ ਜੀ ਉਥੇ ਤਾਂ ਅੱਜਕੱਲ ਵੱਟੇ ਦੇ ਵਿਆਹ ਹੁੰਦੇ ਨੇ ਪਾਲਾ ਨੂੰ ਉਹਦੀ ਪਈਆਂ ਵਾਲੀ ਗੱਲ ਤੇ ਹੋਰ ਗੱਲਾਂ ਤਾਂ ਸੁਣੀਆਂ ਹੀ ਨਾ ਉਸ ਨੂੰ ਤਾਂ ਉਸ ਦਾ ਆਂਟੀ ਜੀ ਕਹਿ ਕੇ ਮੁਖਾਤਵ ਹੋਣਾ ਹੀ ਮਾਰ ਗਿਆ ਸੀ ਉਸ ਨੇ ਪੱਕੀ ਧਾਰ ਲਈ ਸੀ ਕਿ ਜੇਕਰ ਉਸ ਨੇ ਨੈਕਸਟ ਟਾਈਮ ਉਸਨੇ ਅੰਟੀ ਕਿਹਾ ਤਾਂ ਠੋਕਵਾਂ ਜਵਾਬ ਦੇਵੇਗੀ ਕਿ ਮਰ ਜਾਣਿਆ ਮੈਂ ਕਿਵੇਂ ਅੰਟੀ ਲੱਗਦੀ ਆ ਅੰਟੀ ਤਾਂ ਢਾਲਦੀ ਉਮਰ ਦੀ ਜਾਂ ਬੁੱਢੀ ਟੀਵੀ ਨੂੰ ਕਹਿੰਦੇ ਹੁੰਦੇ ਨੇ ਤੇਰੇ ਵਰਗੇ ਜਵਾਨ ਮੁੰਡੇ ਮੈਂ ਤਾਂ ਹਾਂ ਹੀ ਲਗਭਗ ਤੇਰੀ ਉਮਰ ਦੀ ਹੀ ਪਰ ਉਹ ਕਿੰਨਾ ਛਿਰੂਸ ਨੂੰ ਇਹ ਗੱਲ ਨਾ ਕਹਿ ਸਕੀ ਇੱਕ ਦਿਨ ਫਿਰ ਉਸ ਨਾਲ ਮੇਲ ਹੋਇਆ ਤਾਂ ਸੱਤੀ ਕਹਿਣ ਲੱਗਾ ਅੰਟੀ ਹੋਣ ਤਾਂ ਦਿਲ ਆਕ ਗਿਆ ਜੀ ਕਰਦਾ ਵਾਪਸ ਚਲਿਆ ਜਾਵਾ ਪੂਰੇ 4 ਸਾਲ ਹੋ ਗਏ ਨੇ ਘਰ ਛੱਡਿਆ ਪਰ ਜਾਈਏ ਕਿੱਦਾਂ ਪੇਪਰ ਤਾਂ ਮੇਰੇ ਕੋਲ ਹੈ ਨਹੀਂ ਉਹ ਤਾਂ ਅਸੀਂ ਏਜੰਟਾਂ ਦੇ ਕਹਿਣ ਉੱਤੇ ਪਾੜ ਛੱਡੇ ਸਨ ਹੁਣ ਤਾਂ ਆਂਟੀ ਜੀ ਪੁਲਿਸ ਤੋਂ ਵੀ ਬੜਾ ਡਰ ਲੱਗਦਾ ਸੁਣਿਆ ਇਹਨਾਂ ਨੇ ਇੰਡੀਅਨ ਐਮਬੈਸੀ ਨਾਲ ਸਮਝੌਤਾ ਕਰ ਲਿਆ ਹੈ ਕਿ ਜਿਨ੍ਹਾਂ ਨੂੰ ਇਹ ਰਿਪੋਰਟ ਕਰਨਾ ਚਾਹਣ ਉਹਨਾਂ ਦੇ ਪਾਸਪੋਰਟ ਐਮਬੈਸੀ ਵਾਲੇ ਜਲਦੀ ਜਲਦੀ ਦੇ ਤਿਆਰ ਕਰਨ ਆਂਟੀ ਬੜੇ ਬੜੇ ਮੁੰਡੇ ਰਿਪੋਰਟ ਕੀਤੇ ਨੇ ਪਿੱਛੇ ਜੇ ਆਂਟੀ ਜੀ ਉੱਤੋਂ ਮੁਸੀਬਤ ਇਹ ਹੈ ਕਿ ਦਿੱਲੀ ਦੇ ਪੁਲਸੀਏ ਵੀ ਵਾਪਸ ਜਾਣ ਵਾਲਿਆਂ ਨੂੰ ਬਹੁਤ ਫੈਂਟਾ ਚਾੜਦੇ ਹਨ ਪਲੀਜ਼ ਆਂਟੀ ਕੋਈ ਇੱਥੋਂ ਦੀ ਕੁੜੀ ਨਾਲ ਹੀ ਕੰਮ ਫਿੱਟ ਕਰਵਾ ਦਿਓ ਪੱਕੇ ਹੋ ਜਾਈਏ ਪਾਣੀ ਭਰੂ ਤੁਹਾਡਾ ساری ਉਮਰ ਨੈਕਸਟ ਟਾਈਮ ਜਦੋਂ ਪਾਲਾ ਘਰ ਦਾ ਪਿਛਲਾ ਪੇਟਿਓਂ ਵਾਲਾ ਹਿੱਸਾ ਸਾਫ਼ ਕਰਨ ਗਈ ਤਾਂ ਸੱਤੀ ਘਰ ਹੀ ਸੀ ਸਾਸ੍ਰੀਕਾਲ ਸਾਸ੍ਰੀਕਾਲ ਤੋਂ ਬਾਅਦ ਜਦੋਂ ਪਾਲਾ ਨੇ ਪੁੱਛਿਆ ਕਿ ਉਹ ਕੰਮ ਤੇ ਕਿਉਂ ਨਹੀਂ ਗਿਆ ਤਾਂ ਸਤੀ ਨੇ ਉੱਤਰ ਦਿੱਤਾ ਆਂਟੀ ਜੀ ਅੱਜ ਧਰਮ ਨਾਲ ਵੱਡਿਆ ਰੂਹ ਨਹੀਂ ਸੀ ਕੀਤੀ ਕੰਮ ਤੇ ਜਾਣ ਲਈ ਹਾਲਾਂਕਿ ਇੱਕ ਦੇਸੀ ਠੇਕੇਦਾਰ ਦਾ ਮਿੰਤਾ ਤੇ ਉੱਤਰ ਆਇਆ ਸੀ ਤੇ ਨਾਲੇ ਨਾ ਗੱਲ ਸੁਣਵੇ ਸਤੀ ਪਾਲਾ ਨੇ ਹੱਥ ਵਿੱਚ ਫੜੇ ਹੋਏ ਰੂਮ ਨੂੰ ਪਰਾਵਗਾ ਵਗਾੰਦਿਆ ਖੇਚ ਕੇ ਵਿਚੋਂ ਹੀ ਟੋਕ ਦਿਆ ਕਿਹਾ ਆਪਣੀ ਹਾਂ ਦੀ ਨੂੰ ਆਂਟੀ ਕਹਿੰਦਿਆ ਤੈਨੂੰ ਸ਼ਰਮ ਨਹੀਂ ਆਉਂਦੀ ਥੈਂਕ ਯੂ ਬਾਕੀ ਦੀ ਸਟੋਰੀ ਨੈਕਸਟ ਪਾਰਟ ਵਿੱਚ ਸੁਣੋ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫॉर ਮੋਰ ਵੀਡੀਓਜ਼ ਬਾਏ ਬਾਏ